ਕਰੇ ਦੂਜਾ ਉਹ ਕਹਿੰਦੀ ਨਹਿਰ ਦੇ ਵਿੱਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਚਾਲਕ ਦੀ ਮੌਤ ਹੋ ਗਈ ਹੈ ਤਾਂ ਮੌਕੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨਹਿਰ ਦੇ ਵਿੱਚੋਂ ਕਾਰ ਨੂੰ ਕੱਢਿਆ ਗਿਆ ਤਾਂ ਪੁਲਿਸ ਦੇ ਅਨੁਸਾਰ ਉਹਨਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਇੱਕ ਕਾਰ ਜੋ ਹੈ ਉਹ ਨਹਿਰ ਦੇ ਵਿੱਚ ਡਿੱਗੀ ਹੋਈ ਹੈ ਅਤੇ ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਗੋਤਾਖੋਰਾਂ ਨੂੰ ਬੁਲਾਇਆ ਗਿਆ ਤਾਂ ਰੱਸੇ ਪਾ ਕੇ ਇਸ ਕਾਰ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਚਾਲਕ ਵੀ ਉਸਦੇ ਵਿੱਚ ਮੌਜੂਦ ਸੀ ਜਿਸ ਦੀ ਕਿ ਮੌਤ ਹੋ ਗਈ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਚਾਲਕ ਨੂੰ ਜਦੋਂ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਕਿਹਾ ਜਾ ਰਿਹਾ ਕਿ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਜੋ ਮੋਰਚਰੀ 'ਚ ਹੈ ਲਾਸ਼ ਨੂੰ ਜ਼ਰੂਰ ਰਖਵਾ ਦਿੱਤਾ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚੱਲੇਗਾ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਇੰਡੀਕਾ ਕਾਰ ਜੋ ਹੈ ਨਹਿਰ ਦੇ ਵਿੱਚ ਡਿੱਗੀ ਹੈ ਜਿਸਦੇ ਕਾਰਨ ਚਾਲਕ ਦੀ ਮੌਤ ਹੋ ਗਈ ਹੈ ਪਰ ਪੁਲਿਸ ਜੋ ਹੈ ਹਾਲੇ ਵੀ ਲਗਾਤਾਰ ਜਾਂਚ ਕਰ ਰਹੀ ਹੈ ਕਿ ਆਖਰ ਮੌਤ ਹੋਈ ਕਿਵੇਂ ਹੈ ਕਿਉਂਕਿ ਕਾਰ ਜੋ ਹੈ ਉਹ ਨਹਿਰ ਦੇ ਵਿੱਚੋਂ ਕੱਢ ਲਈ ਗਈ ਹੈ ਅਤੇ ਜੋ ਵਿਅਕਤੀ ਸੀ ਉਸਦੀ ਪਹਿਚਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ ਜਿਸਦੇ ਕਿ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਹਾਲਾਂਕਿ ਮੂੰਹ ਦੇ ਵਿੱਚੋਂ ਝੱਗ ਨਿਕਲਣ ਦਾ ਮਤਲਬ ਕੀ ਹੈ ਇਸ ਕਾਰਨ ਦਾ ਜੋ ਹੈ ਪਤਾ ਲਗਾਇਆ ਜਾ ਰਿਹਾ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਪਰ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਜੋ ਹੈ ਉਸਨੂੰ ਰੱਸੇ ਪਾ ਕੇ ਕੱਢਿਆ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਅਤੇ ਬਾਹਰ ਕੱਢਣ ਤੋਂ ਬਾਅਦ ਹੁਣ ਪੁਲਿਸ ਇਹਨਾਂ ਕਾਰਨਾਂ ਦਾ ਪਤਾ ਲਗਾ ਰਹੀ ਹੈ ਕਿ ਆਖਰ ਕਾਰ ਜੋ ਹੈ ਉਹ ਬੇਕਾਬੂ ਹੋ ਕੇ ਡਿੱਗੀ ਹੈ ਜਾਂ ਤਾਂ ਫਿਰ ਕਿਸੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਲਗਾਤਾਰ ਹਰ ਇੱਕ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਂਜੀ, ਅੱਜ ਪੁਰਾਣੀਆਂ ਦੀਆਂ ਨਹਿਰਾਂ ਤੋਂ ਫਿਰੋਜ਼ਪੁਰ ਜ਼ੀਰਾ ਰੋਡ ਤੋਂ ਇੱਕ ਗੱਡੀ ਇੰਡੀਕਾ ਨੰਬਰ ਦਾ PB05AB03384 ਮਿਲੀ। ਉਹਦੇ ਵਿੱਚ ਸਵਾਰ ਸੀ ਮੁੰਡਾ ਨਿਸ਼ਾਨ ਸਿੰਘ ਸਨ, ਦਲਬੀਰ ਸਿੰਘ, ਜਿਹਦੀ ਪਛਾਣ ਹੋਈ ਹੈ ਹੀਰਾ ਸ਼ਟਰਿੰਗ ਵਾਲਾ ਨਜ਼ਦੀਕ ਗੁਰਦੁਆਰਾ ਬਾਟਰ ਵਾਲਾ ਮੱਕੂ। ਹਾਂਜੀ, ਇਹ ਮਿਲੀ ਆ ਅਤੇ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਵੀ ਕਾਰ ਆਪ ਵਿੱਚ ਡਿੱਗੀ ਗਈ ਜਾਂ ਕੁਛ ਕੋਈ ਸਾਇਲੈਂਟ ਟਾਈਪ ਟਾਈਪ ਹੋਇਆ। ਕਿਉਂਕਿ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਮੂੰਹ 'ਚੋਂ ਝੱਗ ਨਿਕਲੀ ਸੀ, ਅਤੇ ਇਸ ਕਰਕੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਜਿੰਨੀ ਦੇਰ ਪੋਸਟਮਾਰਟਮ ਨਹੀਂ ਇਹਨਾਂ ਨੂੰ ਆਏ। ਉਸ ਤੋਂ ਬਾਅਦ ਹੀ ਜੋ ਕਾਰਨ ਆਉਣਗੇ ਉਹ ਸਾਹਮਣੇ। ਨਹਿਰ ਦੇ ਵਿੱਚ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਜਿਸਦੇ ਕਾਰਨ ਕਿਹਾ ਜਾ ਰਿਹਾ ਕਿ ਚਾਲਕ ਦੀ ਮੌਤ ਹੋ ਗਈ ਹੈ ਤਾਂ ਮੌਕੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨਹਿਰ ਦੇ ਵਿੱਚੋਂ ਕਾਰ ਨੂੰ ਕੱਢਿਆ ਗਿਆ ਤਾਂ ਪੁਲਿਸ ਦੇ ਅਨੁਸਾਰ ਉਹਨਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਇੱਕ ਕਾਰ ਜੋ ਹੈ ਉਹ ਨਹਿਰ ਦੇ ਵਿੱਚ ਡਿੱਗੀ ਹੋਈ ਹੈ ਅਤੇ ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਗੋਤਾਖੋਰਾਂ ਨੂੰ ਬੁਲਾਇਆ ਗਿਆ ਤਾਂ ਰੱਸੇ ਪਾ ਕੇ ਇਸ ਕਾਰ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਚਾਲਕ ਵੀ ਉਸਦੇ ਵਿੱਚ ਮੌਜੂਦ ਸੀ ਜਿਸਦੀ ਕਿ ਮੌਤ ਹੋ ਗਈ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਚਾਲਕ ਨੂੰ ਜਦੋਂ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸਦੇ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਕਿਹਾ ਜਾ ਰਿਹਾ ਕਿ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਜੋ ਮੋਰਚਰੀ 'ਚ ਹੈ ਲਾਸ਼ ਨੂੰ ਜ਼ਰੂਰ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚੱਲੇਗਾ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਇੰਡੀਕਾ ਕਾਰ ਜੋ ਹੈ ਨਹਿਰ ਦੇ ਵਿੱਚ ਡਿੱਗੀ ਹੈ ਜਿਸਦੇ ਕਾਰਨ ਚਾਲਕ ਦੀ ਮੌਤ ਹੋ ਗਈ ਹੈ ਪਰ ਪੁਲਿਸ ਜੋ ਹੈ ਹਾਲੇ ਵੀ ਲਗਾਤਾਰ ਜਾਂਚ ਕਰ ਰਹੀ ਹੈ ਕਿ ਆਖਰ ਮੌਤ ਹੋਈ ਕਿਵੇਂ ਹੈ ਕਿਉਂਕਿ ਕਾਰ ਜੋ ਹੈ ਉਹ ਨਹਿਰ ਦੇ ਵਿੱਚੋਂ ਕੱਢ ਲਈ ਗਈ ਹੈ ਅਤੇ ਜੋ ਵਿਅਕਤੀ ਸੀ ਉਸਦੀ ਪਹਿਚਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ ਜਿਸਦੇ ਕਿ ਮੂੰਹ ਦੇ ਵਿੱਚੋਂ ਝੱਗ ਨਿਕਲ ਰਹੀ ਸੀ। ਹਾਲਾਂਕਿ ਮੂੰਹ ਦੇ ਵਿੱਚੋਂ ਝੱਗ ਨਿਕਲਣ ਦਾ ਮਤਲਬ ਕੀ ਹੈ ਇਸ ਕਾਰਨ ਦਾ ਜੋ ਹੈ ਪਤਾ ਲਗਾਇਆ ਜਾ ਰਿਹਾ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ
ਪਰ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਾਰ ਜੋ ਹੈ ਉਸਨੂੰ ਰੱਸੇ ਪਾ ਕੇ ਕੱਢਿਆ ਜਾ ਰਿਹਾ, ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਅਤੇ ਬਾਹਰ ਕੱਢਣ ਤੋਂ ਬਾਅਦ ਹੁਣ ਪੁਲਿਸ ਇਹਨਾਂ ਕਾਰਨਾਂ ਦਾ ਪਤਾ ਲਗਾ ਰਹੀ ਹੈ ਕਿ ਆਖਿਰ ਕਾਰ ਜੋ ਹੈ ਉਹ ਬੇਕਾਬੂ ਹੋ ਕੇ ਡਿੱਗੀ ਹੈ ਜਾਂ ਤਾਂ ਫਿਰ ਕਿਸੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਤਾਂ ਪੁਲਿਸ ਲਗਾਤਾਰ ਹਰ ਇੱਕ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਹਿਰਾ ਤੋਂ ਫਿਰੋਜ਼ਪੁਰ ਜ਼ੀਰਾ ਰੋਡ ਤੋਂ ਇੱਕ ਗੱਡੀ ਇੰਡੀਕਾ ਨੰਬਰ ਉਹਦਾ PB05AB03384 ਮਿਲੀ। ਉਹਦੇ ਵਿੱਚ ਸਵਾਰ ਸੀ ਮੁੰਡਾ ਨਿਸ਼ਾਨ ਸਿੰਘ ਸਾਨੂੰ ਦਲਬੀਰ ਸਿੰਘ, ਜਿਹਦੀ ਪਛਾਣ ਹੋਈ ਹੈ ਹੀਰਾ ਸ਼ਟਰਿੰਗ ਵਾਲਾ ਨਜ਼ਦੀਕ ਗੁਰਦੁਆਰਾ ਬਾਟਰ ਵਾਲਾ ਮੱਕੂ। ਹਾਂਜੀ, ਇਹ ਮਿਲੀ ਆ ਅਤੇ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਵੀ ਕਾਰ ਆਪ ਵਿੱਚ ਡਿੱਗੀ ਗਈ ਜਾਂ ਕੁਛ ਕੋਈ ਸਾਇਲੈਂਟ ਟਾਈਪ ਟਾਈਪ ਹੋਇਆ। ਕਿਉਂਕਿ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤਾਂ ਮੂੰਹ 'ਚੋਂ ਝੱਗ ਨਿਕਲੀ ਸੀ, ਅਤੇ ਇਸ ਕਰਕੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ ਜਿੰਨੀ ਦੇਰ ਪੋਸਟਮਾਰਟਮ ਨਹੀਂ ਇਹਨਾਂ ਕੋਲ ਆਏਗਾ। ਉਸ ਤੋਂ ਬਾਅਦ ਜੋ ਕਾਰਨ ਆਉਣਗੇ ਉਹ ਸਾਹਮਣੇ।